ਹਲੋ ਦੋਸਤੋ ਲਾਸਟ ਲੈਕਚਰ ਦੇ ਵਿੱਚ ਆਪਾਂ ਸਾਰੇ ਦੀ ਹੋਲ ਪਾਵਰ 2 ਤੇ 3 ਵਰਗ ਤੇ ਘਣ ਦੇ ਫਾਰਮੂਲਿਆਂ ਦੀ ਅਲਜਬ੍ਰਿਕ ਆਇਡੈਂਟिटीज ਦੀ ਬੀਜਗਣਿਤਿਕ ਸਰਬਸਮਤਾਵਾਂ ਦੀ ਗੱਲ ਕੀਤੀ ਸੀ ਆਪਾਂ ਫਾਰਮੂਲੇ ਕਿਤੇ ਸੀ a b 2 a b 2 a b 3 a b 3 ਆਪਾਂ ਇਹਦੇ ਰਿਗਾਰਡਿੰਗ ਗੱਲ ਕੀਤੀ ਸੀ ਤੇ ਨਾਲ ਆਪਾਂ ਕੁਝ ਕੁ ਕੁਐਸਚਨ ਇਹਨਾਂ ਦੇ ਗੁਨਨਖੰਡ ਦੇ ਕੀਤੇ ਸੀ ਆਪਾਂ ਉਲਟਾ ਵੀ ਚੱਲੇ ਸੀ ਅਗਰ ਰਕਮ ਦਿੱਤੀ ਹੁੰਦੀ ਉਹਨੂੰ ਆਪਾਂ ਕਿਵੇਂ ਗੁਨਨਖੰਡੀਕਰਨ ਕਰਨਾ ਸੀ ਜੋ ਏਜ ਦੇ ਨਾਲ ਸੰਬੰਧਿਤ ਸੀ ਹੁਣ ਆਪਾਂ ਜਿਹੜੀ ਗੱਲ ਕਰਨੀ ਹੈ ਆਪਾਂ ਇਸ ਲੈਕਚਰ ਦੇ ਵਿੱਚ ਗੁਨਨਖੰਡੀਕਰਨ ਦੇ ਕਨ ਫਾਰਮੂਲੇ ਦੀ ਗੱਲ ਕਰਨੀ ਹੈ ਹਾਂਜੀ ਹੁਣ ਇਹ ਕਿਹੜਾ ਫਾਰਮੂਲਾ ਹੈ ਤਾਂ ਪਹਿਲਾਂ ਮੈਂ ਕਨ ਦੇ ਫਾਰਮੂਲੇ ਤੋਂ ਸ਼ੁਰੂ ਕਰਦਾ ਆਪਾਂ ਜੋ ਲੈਕਚਰ ਆਪਾਂ ਜੋ ਲਾਸਟ ਲੈਕਚਰਸ ਗੱਲ ਕੀਤੀ ਸੀ ਫਾਰਮੂਲਾ ਕੀਤਾ ਸੀ a b ਦੀ 3 a ਦੀ ਤਿੰਨ b ਦੀ ਤਿੰਨ 3ab a b ਆਪਾਂ ਇੱਥੇ ਦੋ ਤਰ੍ਹਾਂ ਦੇ ਫਾਰਮੂਲੇ ਕੀਤੇ ਸੀ ਮੈਂ ਇਸ ਦੀ ਗੱਲ ਕਰ ਰਿਹਾ ਤੇ ਹੁਣ ਆਪਾਂ ਜੋ ਗੱਲ ਕਰਨੀ ਹੈ ਦੋਸਤੋ ਦੇਖੋ ਇਹ ਹੈਗਾ ਸਾਰੇ ਦਾ ਘਣ ਜੋ ਇਹ ਹੈਗਾ ਆਪਣੇ ਕੋਲੇ ਉਹ ਕੀ ਹੈ ਸਾਰੇ ਦਾ ਘਣ ਹੈ ਤੇ ਆਪਾਂ ਜੋ ਗੱਲ ਕਰਨੀ ਹੈ ਉਹ ਆਪਾਂ ਕੱਲੇ ਇੱਕ ਘਾਣ ਦੀ ਗੱਲ ਕਰਨੀ ਐ ਇਸ ਦੀ ਗੱਲ ਕਰਨੀ ਆ ਤਾਂ ਆਪਾਂ ਇਹਦੀ ਕੀਮਤ ਕੱਢਦੇ ਆ ਤਾਂ ਇਹਦੀ ਕੀਮਤ ਫਿਰ ਕੀ ਹੋਗੀ ਆਹ ਹਾਂ ਆਹੀ ਹੋਗੀ ਹੁਣ ਇੱਕ ਰਕਮ ਆ ਰਹੀ ਇੱਕ ਆ ਰਹੀ a+b ਇਹਦੇ ਵਿੱਚ ਕੀ ਪਿਆ ਸਾਂਝਾ ਪਿਆ ਉਹਨੂੰ ਬਾਹਰ ਕੱਢਿਆ ਪਿੱਛੇ ਕੀ ਬਚਿਆ ਤਿੰਨ ਘਾਤ ਦੇ ਵਿੱਚੋਂ ਇੱਕ ਘਾਤ ਬਾਹਰ ਕੱਢੀ 2a 3ab ਇਹ ਫਾਰਮੂਲਾ ਖੋਲਿਆ a ਦੀ 2 b ਦੀ 2 2ab ਜਾਂ 2ab ਪਹਿਲਾਂ ਲਿਖ ਲੋ ਕੋਈ ਫਰਕ ਨਹੀਂ ਪੈਂਦਾ a b ਆ ਦੋਨੇ ਰਕਮਾਂ ਇਕੋ ਨਾਲ ਦੀਆਂ ਇਹ ਹੱਲ ਹੋਣਗੀਆਂ ਤਾਂ ਆਪਣੇ ਕੋਲੇ ਫਾਰਮੂਲਾ ਕੀ ਬਣ ਗਿਆ a ਦੀ 2 b ਦੀ 2 बराबर है a b गुना a दी 2 b दी 2 ab ਇਹ ਇਥੋਂ ਡਰਾਈਵ ਹੋਇਆ ਕੀ ਫਰਕ ਹੈ ਮੈਂ ਬਾ ਦੇਖੋ ਇੱਕ ਗੱਲ ਜਿਹੜੇ ਆਪਾਂ ਪਹਿਲਾਂ ਫਾਰਮੂਲੇ ਕੀਤੇ ਸੀ ਉਹ ਸਾਰੀ ਰਕਮ ਦਾ ਘਾਣ ਸੀ ਹੁਣ ਆਪਾਂ ਜਿਹੜਾ ਫਾਰਮੂਲਾ ਕਰ ਰਹੇ ਆ ਉਹ ਕੱਲੀ-ਕੱਲੀ ਰਕਮ ਦਾ ਘਾਣਾ ਤੇ ਨਿਕਾਤਾ ਹੈ ਇਹਦੀ ਤੇ ਇਹਦੀ ਤਾਂ ਇਹ ਕਿਦੇ ਬਰਾਬਰ ਬਣਿਆ a b a ਦੀ 2 +b दे दो -ab ऐसे तरीके नाल ਆਪਾਂ ਕਿਸਦੇ ਗੱਲ ਕਰਾਂਗੇ ਮਾਈਨਸ ਵਾਲੇ ਫਾਰਮੂਲੇ ਦੀ ਗੱਲ ਕਰਾਂਗੇ ਤਾਂ ਫਿਰ ਮਾਈਨਸ ਦਾ ਕਿਵੇਂ ਬਣਿਆ ਬਿਲਕੁਲ ਸੇਮ ਪ੍ਰੋਸੀਜਰ ਹੈ ਦੋਸਤੋ a b ਦੇ ਤਿੰਨ a ਦੇ ਤਿੰਨ b ਦੇ ਤਿੰਨ 3ab a b ਆਪਾਂ ਨੂੰ ਆ ਚਾਹੀਦਾ ਫਾਰਮੂਲਾ ਕਿਉਂਕਿ ਤਾਂ ਜਦੋਂ ਇਹਨੂੰ ਦੂਜੇ ਪਾਸੇ ਲੈ ਕੇ ਜਾਵਾਂਗੇ ਪਲੱਸ ਦਾ ਹੋ ਜਾਣਾ ਹੈ ਪਲੱਸ 3ab ਹੁਣ ਦੇਖੋ ਸੇਮ ਪ੍ਰੋਸੈਸ a b ਕੀ ਨਿਕਲ ਗਿਆ ਸਾਂਝਾ ਨਿਕਲ ਗਿਆ ਤਾਂ ਪਿੱਛੇ ਕੀ ਬਚਿਆ 2ਕਾਥ ਪਲੱਸ 3ab a b ਉਹ ਰੇ ਫਾਰਮੂਲਾ a ਦੀ 2 b ਦੀ 2 2ab ਆ ਦੋਨੇ ਰਕਮਾਂ ਇੱਕੋ ਨਾਲ ਦੀਆਂ ਹੱਲ ਹੋਣਗੀਆਂ ਤੇ -2 3 ਹੋ ਗਿਆ ਤਾਂ ਫਿਰ ਇਹਦਾ ਮਤਲਬ ਆਪਣੇ ਕੋਲੇ ਮਾਈਨਸ ਦਾ ਫਾਰਮੂਲਾ ਇਹ ਬਣ ਗਿਆ ਕੀ ਬਣ ਗਿਆ ਫਿਰ a ਦੀ 3 b ਦੀ 3 a b a ਦੀ 2 b ਦੀ 2 ab ਤਾਂ ਦੋਸਤੋ ਦੇਖੋ ਧਿਆਨ ਰੱਖਣਾ ਅਗਰ ਇੱਥੇ ਹੈ ਆ ਪਲੱਸ ਹੈ ਆ 2 ਘਾਤ ਹੈ ਪਲੱਸ ਹੈ ਲੇਕਿਨ ਇੱਥੇ ਕੀ ਹੋ ਗਿਆ ਮਾਈਨਸ ਹੋ ਗਿਆ ਪਰ ਜੇ ਇੱਥੇ ਮਾਈਨਸ ਹੈ ਤਾਂ ਉਰੇ ਕੀ ਹੈ ਪਲੱਸ ਹੈ ਇਹ ਥੋੜੀ ਜਿਹੀ ਇੱਥੇ ਜੋ ਉਲਝਣਬਾਜ਼ੀ ਹੁੰਦੀ ਹੈ ਇਹ ਹੁੰਦਾ ਇਹ ਹੋ ਗਿਆ ਗੁਣਨ ਖੰਡਿਕ ਕਰਨ ਅਗਰ ਆਪਣੇ ਕੋਲੇ ਕੱਲੀ ਕੱਲੀ ਘਨ ਦੀ ਘਾਤ ਹੋਵੇ ਤਿੰਨ ਘਾਤ ਹੋਵੇ ਹੁਣ ਆਪਾਂ ਇਹਨਾਂ ਦੋਹਾਂ ਦੇ ਬਿਹਾਫ ਤੇ ਕੁਐਸਚਨਸ ਨੂੰ ਕਿਵੇਂ ਹੱਲ ਕਰ ਸਕਦੇ ਆ ਮੈਂ ਇੱਕ ਛੋਟੀ ਜਿਹੀ ਉਦਾਹਰਨ ਲੈ ਕੇ ਹੱਲ ਕਰਦਾ x ਦੇ 3 ਪਲੱਸ 8y ਦੇ 3 ਦਾ ਗੁਨਨਖੰਡਿਕरण ਕਰੋ ਆਪਾਂ ਸਭ ਤੋਂ ਪਹਿਲਾਂ ਇੱਕ ਉਦਾਹਰਨ ਲੈ ਕੇ ਚੱਲਦੇ ਹਾਂ ਆ ਉਮੇਦਾਂओं में 8 ਦੇ ਜਦੋਂ ਗੁਨਨਖੰਡ ਕੀਤੇ 2 2 2 ਆ ਗਿਆ ਤਾਂ ਇਹਦਾ ਮਤਲਬ ਕੀ ਹੋ ਗਿਆ ਜਿਹੜਾ 2 ਹੈ ਉਹ ਕਿੰਨੇ ਵਾਰ ਆ ਗਿਆ ਤਿੰਨ ਵਾਰ ਹੈਨਾ ਤਾਂ ਫਿਰ ab ਦਾ ਮਤਲਬ ਉਹਰੇ ਉਹੀ ਗੱਲ ਫਿਰ ਪਹਿਲੀ ਤੇ ਦੂਸਰੀ ਰਕਮ ਤਾਂ ਇੱਕ ਰਕਮ ਆ ਰਹੀ ਤਿੱਕਾ ਹਟ ਤੈਨੂੰ ਛੱਡ ਦੋ ਦੂਜੀ ਰਕਮ ਆ ਰਹੀ ਹੈ ਜਾਂ ਇਹਨੂੰ ਇਕੱਠਾ ਲਿਖਣਾ ਤੁਸੀਂ ਲਿਖ ਸਕਦੇ ਹੋ ਆਪਾਂ ਇਹਨੂੰ ਐਵੇਂ ਲਿਖ ਸਕਦੇ ਆ ਉਹ ਆਪਣੀ ਮਰਜ਼ੀ ਆ ਤਾਂ ਫਾਰਮੂਲਾ ਬਣ ਗਿਆ a ਦੇ 3 b ਦੇ 3 ਪਹਿਲੀ ਰਕਮ ਦੇ 3 ਦੂਜੀ ਰਕਮ ਦੇ 3 ਪਹਿਲੀ ਦੂਜੀ ਪਹਿਲੀ ਦੂਜੀ ਪਹਿਲੇ ਦੀ ਦੋ ਦੂਜੀ ਦੀ ਦੋ ਪਹਿਲੇ ਗੁਣਾ ਦੂਜੀ ਪਹਿਲੇ ਦੀ ਦੋ ਦੂਜੀ ਦੀ ਦੋ ਪਹਿਲੀ ਗੁਣਾ ਦੂਜੀ x 2y x ਦੀ ਦੋ ਉਰੇ ਦੋ ਕਾ ਆਤਾ ਹੈ ਦੋ ਦੀ ਦੋ ਬਾਰ ਗੁਣਾ ਕੀਤੀ 4 y ਦੀ ਦੋ 2xy ਦੋਸਤੋ ਇਹ ਦੁਬਾਰ ਹੱਲ ਨਹੀਂ ਹੁੰਦਾ ਤੁਹਾਡਾ ਜਿਹੜਾ ਆਨਸਰ ਹੈ ਉਹ ਇਹ ਆ ਚੁੱਕਿਆ ਹੈ ਇਹ ਦੁਬਾਰ ਕੋਈ ਗੁਨਨਖੰਡ ਨਹੀਂ ਹੁੰਦਾ ਹੋਰ ਉਦਾਹਰਨ ਲੈ ਰਿਹਾ ਮੈਂ a ਦੀ 3 +64 ਆ ਤਿੰਨ ਉਮੇ ਦਾ ਹੋਵੇ 64 ਦੀ ਕਿਹਦੀ ਘਾਤ ਤਿੰਨ ਹੈ ਜੇ ਗੁਣ ਅਖੰਡ ਬਣਾਵਾਂਗੇ ਦੇਖੋ 4 4 4 ਤਾਂ ਇਹਦਾ ਮਤਲਬ 4 ਦੀ ਘਾਤ ਤਿੰਨ ਤਾਂ ਪਹਿਲੀ ਰਕਮ a ਆ ਗਈ ਦੂਜੀ ਰਕਮ 4 ਆ ਗਈ ਪਹਿਲੀ ਦੂਜੀ ਪਹਿਲੀ ਦੀ ਦੋ ਦੂਜੀ ਦੀ ਦੋ ਪਹਿਲੀ ਦੂਜੀ a+4 a ਦੀ 2 4 ਦੀ ਘਾਤ 2 ਦਾ ਮਤਲਬ ਚੌਕਮ ਚੌਕੀ 16 4 a ਇਹ ਹੱਲ ਨਹੀਂ ਹੁੰਦਾ ਤਾਂ ਤੁਹਾਡਾ ਦੋਸਤੋ ਅਨਸਰ ਕੀ ਆ ਗਿਆ a ਆ ਗਿਆ ਆਪਾਂ ਦੋ ਤਿੰਨ ਉਦਾਹਰਨਾਂ ਲੈ ਕੇ ਚੱਲਦੇ ਆ ਪ੍ਰੈਕਟਿਸ ਜਿਹੜੀ ਇਹ ਕੁਐਸਚਨ ਹੈ ਫਾਰਮੂਲਾ ਇੱਕ ਗੁਣਰਖੰਡ ਤੇ ਮੈਂ बार-बार ਇੱਕੋ ਗੱਲ ਤੇ ਫੋਕਸ ਕਰ ਰਿਹਾ ਇੱਥੇ ਸਾਰੇ ਦੀ ਘਾਤ 3 ਸੀ ਇੱਥੇ ਇਕੱਲੇ- ਇਕੱਲੇ ਦੀ ਘਾਤ 3 ਹੈ ਤਾਂ ਇਸ ਚੀਜ਼ ਦਾ ਬਹੁਤ ਧਿਆਨ ਰੱਖਣਾ ਅੱਗੇ 8x ਦੇ 3 125y ਦੇ 3 8 2 2 2 x ਦੇ 3 125 5 5 5 6, y ਦੇ 3 2 ਆ ਗਿਆ 3 ਵਾਰ x ਆ ਗਿਆ 3 ਵਾਰ 5 ਆ ਗਿਆ 3 ਵਾਰ y ਆ ਗਿਆ 3 ਵਾਰ ਤਾਂ ਪਹਿਲੀ ਰਕਮ ਹੋਗੀ 2x ਸਾਰੇ ਵਿਕਾਤਨ ਕਿਉਂਕਿ ਦੋਹਾਂ ਦੇ ਘਾਤ 3 ਹੈ ਦੂਜੀ ਰਕਮ ਹੋਗੀ 5y ਦੋਹਾਂ ਦੇ ਘਾਤ 3 ਤਾਂ ਫਾਰਮੂਲਾ ਬਣ ਗਿਆ ਪਹਿਲੀ ਪਲੱਸ ਦੂਜੀ ਪਹਿਲੀ ਦੀ 2 ਪਲੱਸ ਦੂਸਰੀ ਦੀ 2 ਮਾਈਨਸ ਪਹਿਲੀ ਗੁਣਾ ਦੂਸਰੀ ਇਹ ਹੀ ਹੈ ਨਾ 2x 5y 2 ਦੀ ਘਾਤ 2 2 2 4 x ਦੀ 2 5 ਦੀ ਘਾਤ 2 5 5 25 y ਦੀ ਘਾਤ 2 2 5 10 ਤਾਂ ਇਹਨੂੰ ਹੱਲ ਕੀਤਾ ਆਪਣੇ ਕੋਲ ਕਿੰਨਾ ਆਨਸਰ ਆ ਗਿਆ 2x 5y 4x ਦੀ 2 25y ਦੀ 2 10x ਅੱਗੇ p ਦੀ 3 1/8 ਦਾ ਗੁਣਨਖੰਡਕਨ ਕਰੋ p ਦੀ 3 ਉਹ ਮੇ ਦਾ ਉਹ ਮੇ 1/8 ਹੋ ਗਿਆ 2 2 2 ਤੇ ਇਸ ਨੂੰ ਆਪਾਂ ਲਿਖ ਸਕਦੇ ਹਾਂ 1/2 ਦੀ ਘਾਤ 3 ਠੀਕ ਇਹੀ ਲਿਖ ਸਕਦੇ ਆ ਨਾ ਤਾਂ ਇਹ ਕਿਹੜਾ ਫਾਰਮੂਲਾ ਬਣ ਗਿਆ ਦੂਸਰੇ ਵਾਲਾ ਹੁਣ ਮੈਂ ਮਾਈਨਸ ਵਾਲਾ ਸ਼ੁਰੂ ਕੀਤਾ ਏ ਦੀ 3 ਬੀ ਦੀ 3 ਏ ਬੀ ਏ ਦੀ 2 ਮਤਲਬ ਪਹਿਲੀ ਰਕਮ ਦੀ 2 ਪਲੱਸ ਦੂਸਰੀ ਰਕਮ ਦੀ 2 ਪਲੱਸ ਪਹਿਲੇ ਗੁਣਾ ਦੂਸਰੀ ਰਕਮ ਦੇਖੋ ਉਰੇ ਹੁਣ ਜੋ ਫਾਰਮੂਲਾ ਬਣ ਗਿਆ ਕਾਦਾ ਬਣ ਗਿਆ ਮਾਈਨਸ ਦਾ ਤੇ ਹੱਲ ਕੀਤਾ ਆ ਓਮੇ ਦਾ ਓਮੇ p ਦੀ 2 ਇੱਕ 2 ਦੀ 2 ਵਾਰ ਗੁਣਾ ਕੀਤੀ 4 p ਦੀ 2 p ਵਟਾ 2 ਤਾਂ ਇਹਨੂੰ ਕੋਈ ਅੱਗੇ ਹੱਲ ਕਰਨ ਦੀ ਲੋੜ ਨਹੀਂ ਤਾਂ ਤੁਹਾਡਾ ਦੋਸਤੋ ਜਿਹੜਾ ਆਨਸਰ ਆ ਗਿਆ ਉਹ ਕੀ ਆ ਗਿਆ p ਦੀ 2 ਹੁਣ ਆਪਾਂ ਅੱਗੇ ਚੱਲਦੇ ਹਾਂ ਕੁਝ ਕੁ ਦੁਆਰਨਾ ਹੋਰ ਲੈ ਕੇ ਚੱਲਦੇ ਹਾਂ ਟੌਪਿਕ ਨੂੰ ਕਲੀਅਰ ਕਰਨ ਦੇ ਲਈ 27 a ਦੀ 3 64 b ਦੇ 27 3 3 3 a ਦੇ ਤਿੰਨ 64 4 4 4 b ਦੇ ਤਿੰਨ ਤਾਂ ਇਹਦਾ ਮਤਲਬ 27 ਨੂੰ ਆਪਾਂ ਲਿਖ ਸਕਦੇ ਹਾਂ 3 ਦੀ ਘਾਤ 3 64 ਨੂੰ ਆਪਾਂ ਲਿਖ ਸਕਦੇ ਹਾਂ 4 ਦੀ ਘਾਤ 3 ਤਾਂ ਇਹ ਹੋ ਗਿਆ 3 a ਦੀ ਤਿੰਨ 4 b ਦੀ ਤਿੰਨ ਪਹਿਲੀ ਰਕਮ ਦਿੱਤੇ ਨੇ ਮਾਈਨਸ ਦੂਜੀ ਰਕਮ ਦਿੱਤੇ ਨੇ ਕਿ ਫਾਰਮੂਲਾ ਸੀ ਪਹਿਲੀ ਮਾਈਨਸ ਦੂਜੀ ਪਹਿਲੀ ਦੀ 2 ਪਲੱਸ ਦੂਸਰੀ ਦੀ 2 ਪਲੱਸ ਪਹਿਲੀ ਗੁਣਾ ਦੂਸਰੀ ਇੱਥੇ ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਨਾ ਜਦੋਂ ਤੁਸੀਂ 2 ਜਾਂ 3 ਘਾਤ ਲਗਾਨੀ ਹੈ ਤਾਂ ਤੁਸੀਂ ਗਲਤੀ ਪਤਾ ਕੀ ਕਰ ਸਕਦੇ ਹੋ ਤੁਸੀਂ ਆ ਲਿਖ ਸਕਦੇ ਹੋ ਨਹੀਂ ਇਹ ਪੂਰੀ ਰਕਮ ਦੀ ਘਾਤ 2 ਹੈ ਤਾਂ ਉਹਨੂੰ ਬ੍ਰੈਕਟ ਦੇ ਵਿੱਚ ਲਿਖਣਾ ਹੈ ਨੰਬਰ 2 ਮੈਂ ਪਿਛਲੇ ਲੈਕਚਰਾਂ ਚ ਵੀ ਇਹ ਹੀ ਗੱਲ ਕਰਦਾ ਆ ਰਿਹਾ ਸੀ ਦੁਬਾਰਾ ਫੇਰ ਕਰ ਰਿਹਾ ਹਾਂ ਅਗਰ ਸਿੱਧਾ ਹੱਲ ਕਰ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਉਹਨੂੰ ਲਿਖ ਲੋ ਇੱਕ ਵਾਰੀ ਗਲਤੀ ਤੋਂ ਬਚਣ ਲਈ 3 ਦੀ 2 ਘਾਤ 3 ਨੇ ਦੋ ਬਾਰ 4 ਬੀ ਦੀ 2 ਘਾਤ 4 ਬੀ ਦੋ ਬਾਰ ਇਹ ਗੁਣਾ ਹੋ ਰਹੀ ਹੈ 3 ਚੋਕੇ 12 ਏ ਬੀ ਤੇ ਅਗਰ ਤੁਹਾਨੂੰ ਲੱਗ ਰਿਹਾ ਤੁਸੀਂ ਡਾਇਰੈਕਟ ਨਹੀਂ ਹੋ ਰਿਹਾ ਤੁਸੀਂ ਗਲਤੀ ਕਰ ਸਕਦੇ ਹੋ ਤਾਂ ਤੁਸੀਂ ਲਿਖ ਲੋ ਇੱਕ ਵਾਰੀ ਸਿਰਫ ਇੱਕ ਲਾਈਨ ਦਾ ਫਰਕ ਪੈਣਾ ਹੈ 3^-4b 3^9 a ਦੀ ਘਾਤ 2 4 4 16 b ਦੀ ਘਾਤ 2 +12ab ਤਾਂ ਇਹ ਆਪਾਂ ਜੋ ਹੁਣ ਗੱਲ ਕਰ ਰਹੇ ਆ ਆਪਾਂ ਗੱਲ ਕਰ ਰਹੇ ਆ ਕਨ ਦੇ ਗੁਨਨਖੰਡ ਵਾਲੇ ਫਾਰਮੂਲਿਆਂ ਦੀ ਕੁਝ ਹੋਰ ਉਦਾਹਰਨ ਦੇ ਆਪਾਂ ਇਸ ਤੇ ਗੱਲ ਕਰਦੇ ਆ ए सो दे, दे तीन माइनस दो सौ सो सोलह बीजे तीन ए दिन दो सौ सोलह जो गुणखंड ना तुम देखोगे छे दाथ तीन आजगा चेक कर सकते हो कि में? आप भी दस देना अगर गलती डायरक्ट क्योंकि नहीं याद होना दो वंडया एक सौ अठ दो वंडया चरवंजा दो वंडया सताई तीन तो ते नौ तीन तो ते तीन तो देखो दो सौ सोलह बन गया दो गुना दो गुना दो 3 3 3 ਤਾਂ ਇਹਦਾ ਮਤਲਬ ਆ ਵੀ ਤਿੰਨ ਵਾਰ ਆ ਗਿਆ ਆ ਵੀ ਤਿੰਨ ਵਾਰ ਆ ਗਿਆ ਤਾਂ ਅਸਲ ਦੇ ਵਿੱਚ ਕੀ ਆ ਗਿਆ ਦੇਖੋ ਦੋਸਤੋ ਆ ਆ ਗਿਆ ਤਾਂ 2 3 6 ਤਾਂ ਇਹ ਕੀ ਹੋ ਗਿਆ 6 ਤਿੰਨ ਵਾਰ ਆ ਗਿਆ ਠੀਕ ਹੈ ਤਾਂ ਫਿਰ ਇਹਨੂੰ ਆਪਾਂ ਇਕੱਠਾ ਕਰ ਰਹੇ ਹਾਂ ਇੱਕ ਬ੍ਰੈਕਟ ਚ ਪਹਿਲੀ ਰਕਮ ਹੋਗੀ a ਦੂਜੀ ਰਕਮ ਕੀ ਹੋਗੀ 6b ਪਹਿਲੀ ਦੂਜੀ ਪਹਿਲੀ ਦੀ 2 ਦੂਜੀ ਦੀ 2 पहले गुना दूसरे आ उमे, उमे। कोई फर्क नहीं पता छे बी दो बार ए गुना की छे बी ए, ए माइनस छे बी एिकम छिकीकी छत्ती बी प्लस छे बी तो दोस्तों ये फॉर्मूले ने अपने कल कले, कले जिथे अपने को ले दी थे प्लस बी दिन मतलब दो रकम ने ਦੋਨੇ ਪੂਰਨ ਘਾਨੇ ਸਿੱਧੇ ਜੇ ਗੱਲ ਹੈ ਇੱਕ ਵਿੱਚ ਪਲੱਸ ਦਾ ਨਿਸ਼ਾਨ ਹੈ ਇੱਕ ਦੇ ਵਿੱਚ ਮਾਈਨਸ ਦਾ ਨਿਸ਼ਾਨ ਹੈ ਹੁਣ ਆਪਾਂ ਗੱਲ ਕਰ ਰਹੇ ਆ ਅਗਲੇ ਫਾਰਮੂਲੇ ਦੀ x ਦੇ 3 y ਦੇ 3 z ਦੇ 3 3xyz ਇਹ ਕਿਹਦੇ ਬਰਾਬਰ ਹੈ x y z x ਦੀ 2 +y ਦੇ ਦੋ +z ਦੇ ਦੋ -xy -yz -zx ਬਿਲਕੁਲ ਇਹ ਫਾਰਮੂਲਾ ਇਹ ਹੈ ਅਗਰ ਤੁਸੀਂ ਇਹਦੀ ਇਹਦੇ ਨਾਲ ਗੁਣਾ ਕਰੋਗੇ ਨਾ ਤਾਂ ਗੁਣਾ ਕਰਕੇ ਤੁਹਾਡਾ ਜੋ ਹੱਲ ਆਊਗਾ ਉਹ ਇਹੀ ਆਣਾ ਹੈ ਤਾਂ ਇਹ ਆਪਾਂ ਕੁਐਸਚਨ ਤੇ ਗੱਲ ਕਰਨੀ ਹੈ ਹੁਣ ਕਿਵੇਂ ਆਣਾ ਹੈ ਦੇਖੋ ਗੁਨਰਖੰਡੇਕਰਨ ਕਰੋ ਜਾਂ ਗੁਨਰਖੰਡ ਬਣਾਓ 8x ਦੇ 3 +y ਦੇ 3 1 6xy ਆ ਕੁਐਸ਼ਨ ਹੈ ਇੱਕ ਹੁਣ ਦੇਖੋ ਇਸ ਨਾਲ ਦਾ ਆਪਾਂ ਪਿਛਲੇ ਲੈਕਚਰ ਚ ਵੀ ਕੀਤਾ ਸੀ ਮੈਂ ਉਦਾਹਰਨ ਲੈ ਕੇ ਚੱਲਦਾ ਉੱਥੇ ਇੱਕ ਕੁਐਸ਼ਨ ਸੀ ਲਗਭਗ ਹੈਨਾ ਇਸ ਟਾਈਪ ਦੇ ਵਿੱਚ ਕੁਐਸ਼ਨ ਸੀ ਨਾ ਆਸੇ ਗੁਣਖੰਡਕ ਕਰਨ ਤਾਂ ਤੁਸੀਂ ਪੇਪਰ ਚ ਉਲਝ ਸਕਦੇ ਹੋ ਦੇਖੋ ਚਾਰ ਰਕਮਾਂ ਇੱਥੇ ਨੇ ਚਾਰ ਰਕਮਾਂ ਇੱਥੇ ਨੇ ਇੱਥੇ ਤੁਹਾਨੂੰ ਮੈਂ ਕੀ ਦੱਸਿਆ ਸੀ ਤਿੰਨ ਘਾਤ ਤਿੰਨ ਘਾਤ ਬਸ ਦੋ ਪਦ ਨੇ ਜਿਹੜੇ ਪੂਰਨ ਘਣ ਹੈ ਸਭ ਤੋਂ ਵੱਡੀ ਖਾਸ ਗੱਲ ਤੇ ਇੱਥੇ ਤਿੰਨ ਪਦ ਹੋਣਗੇ ਤਿੰਨ ਰਕਮਾਂ ਹੋਣਗੀਆਂ ਜਿਹੜੀਆਂ ਪੂਰਨ ਘਣ ਹੋਣਗੀਆਂ ਆ ਰਹੀ ਆ ਰਹੀ ਤਿਆਰੀਆਂ ਤਾਂ ਬਣ ਨਹੀਂ ਸਕਦੀ ਦੇਖੋ 8 ਹੋ ਗਿਆ 2 ਦੀ ਘਾਤ 3 y ਦੇ 3 1 ਹੋ ਗਿਆ 1 ਦੀ ਘਾਤ 3 ਬਣ ਗਿਆ -3 xyz ਪਹਿਲੀ ਰਕਮ ਦਾ ਆਧਾਰ ਦੂਜੀ ਦਾ ਆਧਾਰ ਤੀਜੀ ਦਾ ਆਧਾਰ -3 ਪਹਿਲੀ ਰਕਮ ਦਾ ਆਧਾਰ ਦੂਜੀ ਦਾ ਆਧਾਰ ਤੀਜੀ ਦਾ ਆਧਾਰ ਇਹ ਆਟੋਮੈਟਿਕਲੀ ਬਣਨਾ ਹੈ ਦਿਸ ਇਜ਼ ਦਾ ਡਿਫਰੈਂਸ ਤੁਹਾਡੇ ਦਿਮਾਗ 'ਚ ਜੋ ਚੱਲਣਾ ਹੈ 4 ਰਕਮ ਇੱਥੇ ਹੋਣਗੇ 4 ਪਦ ਇੱਥੇ ਹੋਣਗੇ ਫਰਕ ਉਹਦੇ ਵਿੱਚ 2 ਪਦ ਪੂਰਨ ਕੰਨ ਹੋਣਗੇ ਤੇ ਇੱਥੇ 3 ਪਦ ਪੂਰਨ ਕੰਨ ਹੋਣਗੇ ਤਾਂ ਉਹਨੇ ਫਾਰਮੂਲਾ ਬਣ ਗਿਆ ਪਹਿਲੀ ਰਕਮ ਦੂਜੀ ਰਕਮ ਤੀਜੀ ਰਕਮ ਪਹਿਲੀ ਦੂਜੀ ਤੀਜੀ ਹੈ ਨਾ ਅੱਗੇ ਪਹਿਲੀ ਦੀ ਦੋ ਦੂਜੀ ਦੀ ਦੋ ਤੀਜੀ ਦੀ ਦੋ ਮਾਈਨਸ ਪਹਿਲੇ ਗੁਣਾ ਦੂਜੀ ਦੂਜੀ ਗੁਣਾ ਤੀਜੀ ਪਹਿਲੇ ਗੁਣਾ ਤੀਸਰੀ ਇਹ ਆਪਣੇ ਕੋਲੇ ਫਾਰਮੂਲਾ ਹੈ ਕੀ ਡਿਫਰੈਂਸ ਹੋਇਆ ਪਿਛਲੀ ਜੋ ਗੱਲ ਕੀਤੀ ਸੀ ਦੋ ਰਕਮਾਂ ਪੂਰਨ ਘਣ ਸੀ ਇੱਥੇ ਕਿੰਨੀਆਂ ਹੋਣਗੀਆਂ ਤਿੰਨ ਹੋਣਗੀਆਂ ਆਓ ਉਮੀਦਾਂ 'ਚ 2 2 4x2 ਆਓ ਉਮੀਦਾਂ 'ਚ 1 2xy y 2x ਤਾਂ ਇਹਦਾ ਜੋ ਹੱਲ ਕਰਕੇ ਆ ਗਿਆ ਕਿਆ ਗਿਆ ਹੁਣ ਆਪਾਂ ਇੱਕ ਅੱਗੇ ਉਦਾਹਰਣ ਹੋਰ ਲੈ ਕੇ ਚੱਲਦੇ ਹਾਂ 27x ਦੇ 3 y ਦੇ 3 8z ਦੇ 3 18xyz ਤਾਂ ਦੇਖੋ 3 ਘਾਤ ਇੱਥੇ ਪਈ ਆ 3 ਘਾਤ ਇੱਥੇ ਪਈ ਆ 3 ਘਾਤ ਇੱਥੇ ਪਈ ਆ 27 3 ਦੀ ਘਾਤ 3 y ਕੱਲਾ 8 2 ਦੀ ਘਾਤ 3 ਤੇ ਫਿਰ ਪਹਿਲੀ ਰਕਮ ਦਾ ਆਧਾਰ 3x ਹੋ ਗਿਆ ਦੂਜੀ ਦਾ y ਹੋ ਗਿਆ ਤੀਜੀ ਦਾ ਕੀ ਹੋ ਗਿਆ 2z ਹੋ ਗਿਆ ਤਾਂ 3 ਗੁਣਾ ਪਹਿਲੀ ਰਕਮ ਦੂਜੀ ਰਕਮ ਤੀਜੀ ਚੈੱਕ ਕਰਕੇ ਦੇਖੋ ਚੌਥੀ ਰਕਮ ਤੁਹਾਡੀ ਡਾਇਰੈਕਟੇ ਬੰਨੀ ਆ ਸੋਚਣ ਦੀ ਸੂਰਤ ਨਹੀਂ ਤਾਂ ਕੀ ਫਾਰਮੂਲਾ ਹੋ ਗਿਆ ਪਹਿਲੀ ਦੂਜੀ ਤੀਜੀ ਪਹਿਲੀ ਦੀ ਦੋ ਪਲੱਸ ਦੂਸਰੀ ਦੀ ਦੋ ਪਲੱਸ ਤੀਸਰੀ ਦੀ ਦੋ ਮਾਈਨਸ ਪਹਿਲੀ ਗੁਣਾ ਦੂਜੀ ਮਾਈਨਸ ਦੂਜੀ ਗੁਣਾ ਤੀਜੀ ਮਾਈਨਸ ਪਹਿਲੀ ਗੁਣਾ ਤੀਸਰੀ ਆ ਉਮੇ ਦਾ ਉਮੇ 3 3 9x ਦੀ ਦੋ 2 ਕਾਤ 2 ਦੁਨੀ 4 10 2 3 2 6zx ਤਾਂ ਇਹਨੂੰ ਹੱਲ ਕੀਤਾ ਹੱਲ ਕਰਕੇ ਦੋਸਤੋ ਆਪਣੇ ਕੋਲ ਕੀ ਆ ਗਿਆ a ਆ ਗਿਆ ਤਾਂ ਇਸ ਤਰੀਕੇ ਦੇ ਨਾਲ ਆਪਾਂ ਇਸ ਨੂੰ ਹੱਲ ਕਰ ਰਹੇ ਹਾਂ ਮੈਂ ਇੱਕ ਉਦਾਹਰਨ ਹੋਰ ਲੈ ਲੈਣਾ ਤੁਹਾਨੂੰ ਜ਼ਿਆਦਾ ਕਲੀਅਰ ਹੋ ਜਾਊਗਾ a ਦਿੱਤ 3 64 b ਦਿੱਤ ਮਾਈਨਸ ਲੈ ਲੈਣਾ ਮੈਂ ਇੱਥੇ -8 ਪਲੱਸ 24 ਦਸ ਆ ਗਿਆ ਠੀਕ ਹੁਣ ਇੱਥੇ ਦੇਖੋ ਕੀ ਕੀਤਾ ਮੈਂ ਨੇ ਮੈਂ ਉਹ ਨਿਸ਼ਾਨ ਚੇਂਜ ਕਰਤਾ ਕਰਤਾ ਨਾ ਕੋਈ ਗੱਲ ਨਹੀਂ ਆਪਾਂ ਇਹਦੇ ਹਿਸਾਬ ਨਾਲ ਕਰਾਂਗੇ ਤੁਹਾਡਾ ਮੈਂ ਗੱਲ ਕੀਤੀ ਹੈ ਨਿਸ਼ਾਨ ਦੇ ਵਿੱਚ ਉਲਝ ਦੀ ਜ਼ਰੂਰਤ ਨਹੀਂ ਏ ਦੇ ਤਿੰਨ ਉਮੇ ਦਾ ਉਮੇ 64 4 ਦੀ ਘਾਤ 3 ਆਪਾਂ ਡਿਟੇਲਸ ਕਰ ਚੁੱਕਿਆ 8 2 ਦੀ ਘਾਤ 3 ਪਲੱਸ ਇੱਕ ਵਾਰ ਪਲੱਸ ਚੱਲਣ ਤੋਂ ਕੋਈ ਗੱਲ ਨਹੀਂ 3 ਗੁਣਾ ਪਹਿਲੀ ਰਕਮ ਦਾ ਆਧਾਰ ਦੂਜੀ ਰਕਮ ਦਾ ਆਧਾਰ ਤੀਜੀ ਰਕਮ ਦਾ ਆਧਾਰ ਆ ਗਿਆ ਲੇਕਿਨ ਹੁਣ ਜੋ ਫਾਰਮੂਲਾ ਹੈ ਇਹ ਤਿੰਨੋਂ ਰਕਮਾਂ ਪਲੱਸ ਦੀਆਂ ਚਾਹੀਦੀਆਂ ਤਾਂ ਕੀ ਅਡਜਸਟਮੈਂਟ ਹੋਈ ਦੇਖੋ ਧਿਆਨ ਨਾਲ ਕਿਉਂਕਿ ਇਹਰੇ ਤਿੰਨ ਘਾਤ ਹੈ ਤੇ ਤਿੰਨ ਘਾਤ ਦੇ ਵਿੱਚ ਕੀ ਕੀਤਾ ਫਿਰ ਆਪਾਂ ਦੋ ਨੂੰ ਮਾਈਨਸ ਕਰਤਾ ਹੁਣ ਚੈੱਕ ਕਰਕੇ ਦੇਖੋ ਅਗਰ ਆਪ ਬ੍ਰੈਕਟ ਖੋਲਾਂਗੇ ਮਾਈਨਸ ਦੇ ਘਾਤ ਤਿੰਨ ਮਾਈਨਸ ਪਲੱਸ ਮਾਈਨਸ ਮਾਈਨਸ ਤਾਂ ਜਦੋਂ ਉਹਰੇ ਮਾਈਨਸ ਆ ਗਿਆ ਇਹਦਾ ਮਤਲਬ ਇੱਕ ਰਕਮ ਇਹਦੇ ਵਿੱਚ ਕਾਦੀ ਹੈ ਮਾਈਨਸ ਦੀ ਹੈ ਤਾਂ ਇਸ ਕੁਐਸਚਨ ਦੇ ਅਕੋਰਡਿੰਗ ਆਪਣੇ ਕੋਲੇ ਤੀਜੀ ਰਕਮ ਮਾਈਨਸ ਦੇ ਆ ਗਈ ਤਾਂ ਫਿਰ ਇਹ ਕੀ ਬਣ ਗਿਆ 3 ਗੁਣਾ ਪਹਿਲੀ ਰਕਮ ਗੁਣਾ ਦੂਜੀ ਰਕਮ ਗੁਣਾ ਤੀਜੀ ਰਕਮ a ਮਾਈਨਸ ਹੋ ਗਿਆ ਤੀਜੀ ਰਕਮ ਨੂੰ ਕੀ ਕਰਤਾ ਮੈਂਨੇ ਮਾਈਨਸ ਜਾਂ ਤਾਂ ਇਹਨੂੰ ਐ ਕਰੋ ਇੱਥੇ ਮੈਂ ਕੀ ਕੀਤਾ ਮੈਂ ਦੂਜੇ ਸਟੈਪਸ 'ਤੇ ਅਡਜਸਟ ਕੀਤਾ ਤੁਸੀਂ ਇਹਨੂੰ ਪਹਿਲੇ ਸਟੈਪਸ 'ਤੇ ਵੀ ਅਡਜਸਟ ਕਰ ਸਕਦੇ ਹੋ ਕਿਵੇਂ ਦੇਖੋ a ਦੀ 3 64 b ਦੇ ਤਿੰਨ ਕਿਉਂਕਿ ਆਪਾਂ ਨੂੰ ਪਲੱਸ ਚਾਹੀਦਾ ਆਪਾਂ ਇੱਥੇ ਕੀ ਲਿਖਤਾ ਮਾਈਨਸ ਉਰੇ ਮਾਈਨਸ ਚਾਹੀਦਾ ਕਿਉਂਕਿ ਜਦੋਂ ਆਨ ਟਰਮ ਨੈਗੇਟਿਵ ਆ ਰਹੀ ਹੈ ਤਾਂ ਇਹਦਾ ਮਤਲਬ ਆਪਾਂ ਨੂੰ ਉਰੇ ਨੈਗੇਟਿਵ ਚਾਹੀਦਾ ਉਹ ਆਪਾਂ ਇੱਥੋਂ ਨਿਕਲੂਗਾ ਦੇਖੋ a ਦੇ ਤਿੰਨ a ਹੋ ਗਿਆ 4 ਆ ਦੇਖੋ ਆ ਨੈਗੇਟਿਵ ਹੋ ਗਈ ਨਾ ਤਾਂ ਫਿਰ ਉਰੇ ਮਾਈਨਸ 3 ਗੁਣਾ ਪਹਿਲੀ ਰਕਮ ਦੂਜੀ ਰਕਮ ਤੀਜੀ ਰਕਮ तो इस अकॉर्डिंग आप साइन एडजस्ट करने हैं अलग फॉर्मूला नहीं याद रखना साइन एडजस्ट करना सीखो पहली प्लस दूजी प्लस तीजी पहली दी दो प्लस दूजी दो।, दो प्लस तीजी दी दो माइनस पहली गुना दूजी दूसरी गुना तीसरी तीसरी गुना पहली a+4b+माइनस-a ਦੀ 2 ਚੌਕਮ ਚੋਕੀ 16b ਦੀ 2 2 2 4 4ab 8b minus, minus, plus, 2a ਤਾਂ ਇਹਨੂੰ ਹੱਲ ਕੀਤਾ ਆਪਣੇ ਕੋਲੇ ਆ ਅਨਸਰ ਆ ਗਿਆ ਹੁਣ ਆਪਾਂ ਇਹਦੇ ਇੱਕ ਸਪੈਸ਼ਲ ਕੇਸ ਦੀ ਗੱਲ ਕਰਦੇ ਆ ਇਹ ਤਾਂ ਹੋ ਗਿਆ ਫਾਰਮੂਲਾ ਸਪੈਸ਼ਲ ਕੇਸ ਜੇ x y z 0 مطلب ਤਿੰਨ ਰਕਮਾਂ ਦਾ ਘਾਣਾ ਤਿੰਨਾਂ ਦਾ ਆਧਾਰ ਦਾ ਜੋੜ ਕੀ ਬਣ ਗਿਆ 0 ਹੁਣ ਦੇਖੋ ਹੁਣ ਇਹ ਫਾਰਮੂਲਾ ਫਿਰ ਕਿਹਦੇ ਬਰਾਬਰ ਹੋ ਗਿਆ ਆਹੀ ਹੈ ਨਾ ਇਹ ਫਾਰਮੂਲਾ ਆਪਣੇ ਕੋਲੇ ਮੈਂ ਦੁਬਾਰਾ ਲਿਖ ਰਿਹਾ ਥੋੜਾ ਯਾਦ ਵੀ ਹੋ ਜਾਊਗਾ ਪ੍ਰੈਕਟਿਸ ਹੋ ਜਾਊਗੀ -xy -yz -zx ਪਰੰਤੂ ਆਹ ਟਰਮ ਹੋ ਗਈ 0 ਜੇ ਆ ਜ਼ੀਰੋ ਹੈ ਜ਼ੀਰੋ ਨੂੰ ਕਿਸੇ ਨਾਲ ਵੀ ਗੁਣਾ ਕਰੀਏ ਤਾਂ ਕਿੰਨਾ ਆ ਗਿਆ ਆਪਣੇ ਕੋਲੇ ਜ਼ੀਰੋ ਆ ਗਿਆ ਤਾਂ ਇਹਦਾ ਮਤਲਬ 1 ਦੇ ਬਰਾਬਰ ਆ ਗਿਆ ਜ਼ੀਰੋ ਤਾਂ ਫਿਰ 1 ਦੇ ਬਰਾਬਰ ਹੋ ਗਿਆ दोस्तों ਇਹ ਜਿਹੜਾ ਰਿਜ਼ਲਟ ਹੈ ਨਾ ਇਹ ਤੁਹਾਡੇ ਐਨਟੀਐਸਸੀ ਦੇ ਲਈ ਬਹੁਤ ਇੰਪੋਰਟੈਂਟ ਰਿਜ਼ਲਟ ਹੈ ਬਹੁਤ ਇੰਪੋਰਟੈਂਟ ਰਿਜ਼ਲਟ ਹੈ ਤੁਹਾਨੂੰ ਕੁਐਸਚਨ ਪਤਾ ਕਿਵੇਂ ਆਣਾ ਹੈ ਮੈਂ ਪਹਿਲਾ ਕੁਐਸਚਨ ਦੀ ਗੱਲ ਕਰਤਾ 12 ਦੀ 3 ਪਲੱਸ ਮਾਈਨਸ 5 ਦੇ 3 ਆ ਗਿਆ ਸਿੱਧੀ ਜੀ ਗੱਲ ਤਿੰਨ ਰਕਮਾਂ ਨੇ ਤਿੰਨ ਸੰਖਿਆਵਾਂ ਨੇ ਤਿੰਨ ਪਦ ਹੈ ਤਿੰਨਾਂ ਦੇ ਘਣ ਹੈ ਦੇਖੋ ਪਹਿਲੀ ਦਾ ਘਣ ਦੂਜੀ ਦਾ ਘਣ ਤੀਜੀ ਦਾ ਘਣ ਤਾਂ ਤੁਹਾਡਾ ਆਨਸਰ ਕੀ ਹੋਣਾ ਚਾਹੀਦਾ ਹੈ 3 ਗੁਣਾ ਪਹਿਲੇ ਦਾ ਆਧਾਰ ਦੂਜੀ ਦਾ ਆਧਾਰ ਤੀਜੀ ਦਾ ਆਧਾਰ ਕਿਉਂਕਿ ਇਹ ਅਨਸਰ ਆਊਗਾ ਆਊਗਾ ਪੇਪਰ ਚ ਕੋਈ ਵੀ ਕੁਸ਼ਚਨ ਆ ਰਿਹਾ ਸਟੈਂਡਰਡਾਈਜ਼ਡ ਹੋਣਾ ਸਿਸਟਮਾਈਜ਼ਡ ਹੋਣਾ ਤਾਂ ਫਿਰ ਦੇਖੋ ਇਹਦਾ ਅਨਸਰ ਬਣਿਆ ਕਿਉਂ ਮੈਂ ਬਾਤ ਕਰਦਾ ਪਹਿਲਾਂ ਮੈਂ ਤੇ ਅਨਸਰ ਤੇ ਆ ਰਿਹਾ ਪਹਿਲਾ ਆਧਾਰ ਦੂਜਾ ਆਧਾਰ ਤੀਜਾ ਆਧਾਰ 3 ਗੁਣਾ ਪਹਿਲਾ ਆਧਾਰ ਦੂਸਰਾ ਆਧਾਰ ਤੀਸਰਾ ਆਧਾਰ ਮਾਈਨਸ ਮਾਈਨਸ ਪਲੱਸ 12 3 36 36 ਪਾ 180 180 7 1260 ਇਹਨੂੰ ਆਪਾਂ ਜਦੋਂ ਗੋਨਾ ਕਰਕੇ ਹੱਲ ਕਰਾਂਗੇ ਕਿੰਨਾ ਆਨਸਰ ਆ ਗਿਆ 1260 ਨਹੀਂ ਆਪਾਂ ਨੂੰ ਕੀ ਕਰਨਾ ਪੈਂਦਾ ਇਹਦਾ ਘਣ ਖੋਲਣਾ ਪੈਂਦਾ ਇਹਦਾ ਕਰਨਾ ਪੈਂਦਾ ਫਿਰ ਜੋੜਿਆ ਘਟਾ ਕਰਨਾ ਪੈਂਦਾ ਹੁਨੇ ਕਿਉਂ ਬੰਨੇ ਆ ਦੇਖੋ ਇਹ ਸ਼ਰਤ ਕੀ ਕਹਿੰਦੀ ਹੈ ਇਹ ਸ਼ਰਤ ਕੀ ਕਹਿ ਰਹੀ ਹੈ ਇਸ ਤਰ੍ਹਾਂ ਆ ਲਿਖ ਰਹੇ ਹਾਂ ਮੈਂ ਜੇਕਰ ਤਿੰਨ ਸੰਖਿਆਵਾਂ ਦਾ ਜੋੜ ਤਿੰਨ ਪਦਾਂ ਦਾ ਜੋੜ ਜ਼ੀਰੋ ਹੈ ਤਾਂ ਜਦੋਂ ਤਿੰਨਾਂ ਦਾ ਕੱਲਾ ਕੱਲਾ ਘਣ ਕਰਾਂਗੇ ਉਹਦਾ ਡਾਇਰੈਕਟ ਰਿਜ਼ਲਟ ਕੀ ਆ ਗਿਆ ਤਿੰਨ ਗੁਣਾ ਪਹਿਲੀ ਸੰਖਿਆ ਗੁਣਾ ਦੂਜੀ ਸੰਖਿਆ ਗੁਣਾ ਤੀਜੀ ਸੰਖਿਆ ਇੱਥੇ ਦੇਖੋ ਸੰਖਿਆਵਾਂ ਕਿਹੜੇ-ਕਿਹੜੀਆਂ ਨੇ 12 5 ਤੇ -7 ਜਦੋਂ ਇਹਨਾਂ ਦਾ ਜੋੜ ਕਰਾਂਗੇ ਤਾਂ ਇਹ ਹੱਲ ਕਰਕੇ ਕੀ ਆ ਗਿਆ ਜ਼ੀਰੋ ਆ ਗਿਆ ਤਿੰਨਾਂ ਦਾ ਜੋੜ ਕੀ ਆ ਗਿਆ ਜ਼ੀਰੋ ਤਾਂ ਆਪਾਂ ਸਿੱਧਾ ਆਨਸਰ ਲਿਖ ਸਕਦੇ ਹਾਂ 3 ਗੁਣਾ ਪਹਿਲੀ ਰਕਮ ਗੁਣਾ ਦੂਜੀ ਰਕਮ ਗੁਣਾ ਤੀਜੀ ਰਕਮ ਠੀਕ ਹੋਰ ਦੇਖੋ 18 ਦੇ ਘਾਤ 3 7 ਦੇ ਘਾਤ 3 11 ਦੇ ਘਾਤ 3 ਪਹਿਲੀ ਗੱਲ ਤਾਂ ਉਹਰੇ ਪਲੱਸ ਚਾਹੀਦਾ ਹੈ ਇੱਥੇ ਪਲੱਸ ਨੂੰ ਅੰਦਰ ਅਡਜਸਟ ਕਰੋ ਹੈਨਾ ਹੁਣ ਦੇਖੋ ਪਹਿਲਾ ਆਧਾਰ ਦੂਜਾ ਆਧਾਰ ਤੀਜਾ ਆਧਾਰ ਤਿੰਨਾਂ ਨੂੰ ਜੋੜੋ ਕਿੰਨਾ ਆ ਗਿਆ ਜ਼ੀਰੋ ਆ ਗਿਆ ਬਾਕੀ ਤੁਹਾਡੇ ਕੋਲ ਇੱਕੋ ਹੀ ਗੱਲ ਤਿੰਨ ਸੰਖਿਆਵਾਂ ਤਿੰਨਾਂ ਦੇ ਵਿਚਾਲੇ ਜੋੜ ਤਿੰਨਾਂ ਦਾ ਘਣ ਤਾਂ ਅਨਸਰ ਕੀ ਆ ਗਿਆ 3 ਪਹਿਲੀ ਸੰਖਿਆ ਦੂਜੀ ਸੰਖਿਆ ਤਿੰਜੀ ਸੰਖਿਆ 18 3 54 54 ਦੀ 17 ਕਰੋ 378 378 ਦੀ 11 ਨਾਲ ਕਰੋ 11 88 877 ਤੇ 885 8 33 ਤੇ 841 ਤਾਂ ਦੋਸਤੋ ਗੁਣਾ ਕਰਕੇ ਕਿੰਨਾ ਆ ਗਿਆ 4158 ਤਾਂ ਆਪਣੇ ਕੋਲੇ ਸਿੱਧਾ ਰਿਜ਼ਲਟ ਹੈ ਤੇ ਪੇਪਰ ਦੇ ਵਿੱਚ ਐਨਟੀਐਸਸੀ ਲੈਵਲ ਦੇ ਲਈ ਬਹੁਤ ਇੰਪੋਰਟੈਂਟ ਰਿਜ਼ਲਟ ਹੈ ਹੋਰ ਮੈਂ ਉਦਾਹਰਨ ਲੈ ਲੈਂਦਾ 13 ਦੀ 2 3 ਪਲੱਸ 5 ਦੀ 3 ਮਾਈਨਸ 18 ਦੀ 3 ਪਹਿਲਾਂ ਮਾਈਨਸ ਨੂੰ ਸ਼ਿਫਟ ਕਰੋ ਤਾਂ ਇਹ ਕੀ ਬਣ ਗਿਆ ਪਲੱਸ ਮਾਈਨਸ 18 ਦੇ ਤਿੰਨ ਪਹਿਲਾ ਆਧਾਰ ਦੂਜਾ ਆਧਾਰ ਤੇ ਜਾਦਾ ਆਰ ਤਿੰਨਾਂ ਦਾ ਜੋੜ ਕਰਕੇ ਦੇਖੋ ਜ਼ੀਰੋ ਬਣ ਗਿਆ 13 ਤੇ 5 18 18 ਜੋ 18 ਘਟਾਇਆ 0 ਤਾਂ ਕਿੰਨਾ ਆਨਸਰ ਆ ਗਿਆ 3 ਗੁਣਾ ਪਹਿਲੀ ਸੰਖਿਆ ਦੂਜੀ ਸੰਖਿਆ ਤੀਜੀ ਸੰਖਿਆ ਮਾਈਨਸ 13 3 39 ਇਧਰੋਂ 18 5 90 9 ਨਾਲ ਗੁਣਾ ਕਰ ਦੋ 9 9 81 8 9 72 27 8 35 ਇੱਕ 0 ਆਪਾਂ ਛੱਡਤੀ ਸੀ ਤਾਂ ਦੋਸਤੋ ਆਪਣੇ ਕੋਲੇ ਕਿੰਨਾ ਆਨਸਰ ਆ ਗਿਆ 3510 ਦੇਖੋ ਗੁਣਾ ਕਰਨ ਦੀ ਮੈਂ ਤਰੀਕਾ ਦੱਸਦਾ ਤੁਸੀਂ ਵੀ ਸੋਚ ਰਹੇ ਹੋਵੋਗੇ ਵੀ ਮੈਂ ਇੰਨੀ ਸਪੀਡ ਨਾਲ ਗੁਣਾ ਕਿਵੇਂ ਕਰ ਰਿਹਾ ਆ ਦੇਖੋ ਮੈਂ 378 ਦੀ 11 ਨਾਲ ਗੁਣਾ ਕੀਤੀ ਤਾਂ ਮੈਨੂੰ 11 ਦਾ ਪਹਾੜਾ ਆਉਂਦਾ ਤੁਹਾਨੂੰ ਵੀ ਸਾਰਿਆਂ ਨੂੰ 11 ਦਾ ਪਹਾੜਾ ਆਉਂਦਾ ਹੈ 11 8 88 8 ਹਸਲ 8 11 7 77 77 ਤੇ 8 85 5 ਫੇਰ ਹਸਲ 8 11 3 33 33 ਤੇ 8 41 ਤੁਹਾਡੇ ਗੁਣਾ ਹੋ ਗਈ ਇਹ ਚੀਜ਼ ਤੁਹਾਨੂੰ ਬਹੁਤ ਕੰਮ ਆਣੀ ਹੈ ਅੱਗੇ ਆਪਾਂ ਕੁਝ ਹੋਰ ਉਦਾਹਰਨਾਂ ਤੇ ਗੱਲ ਕਰਦੇ ਹਾਂ ਦੇਖੋ ਐਂਟੀ ਐਸਿਡ ਕੁਸ਼ਚਨ ਹੈ ਬੜਾ ਇੰਪੋਰਟੈਂਟ ਇਹਦਾ ਆ ਗਿਆ ਸਿੱਧੀ ਗੱਲ ਫੇਰ ਮੈਂ بار بار ਕਹਿ ਰਿਹਾ ਤਿੰਨ ਸੰਖਿਆਵਾਂ ਤਿੰਨਾਂ ਦਾ ਘਾਣਾ ਰਿਜ਼ਲਟ ਇਹ ਬਣੂਗਾ ਬਣੂਗਾ ਪਹਿਲਾਂ ਤੋਰੇ ਪਲੱਸ ਕਰੋ ਇਹ ਬਣੂਗਾ ਬਣੂਗਾ ਚੈੱਕ ਕਰੋ ਜਾਂ ਨਾ ਕਰੋ ਕਿਉਂਕਿ ਜਦੋਂ ਕੋਈ ਵੀ ਕੁਸ਼ਚਨ ਆਉਂਦਾ ਪੇਪਰ ਤੇ ਇੱਕ ਸਟੈਂਡਰਡਾਈਜ਼ਡ ਰੂਪ ਚਾਹੁੰਦਾ ਹੈ ਪਹਿਲੀ ਰਕਮ ਦੂਜੀ ਤੀਜੀ ਜੋੜ ਕਰਦੇ ਆ ਇਹਨਾਂ ਦੋਹਾਂ ਨੂੰ ਜੋੜੋ ਲਗਉਤਮ ਲਿਆ 6 5/6 ਆ ਘਟਾਤਾ ਕੀ ਆ ਗਿਆ ਜ਼ੀਰੋ ਆ ਗਿਆ ਤਾਂ ਆਨਸਰ ਕੀ ਹੋ ਗਿਆ 3 ਗੁਣਾ ਪਹਿਲੀ ਰਕਮ ਗੁਣਾ ਦੂਜੀ ਰਕਮ ਗੁਣਾ ਤੀਜੀ ਰਕਮ ਕੱਟ ਗਿਆ ਤਾਂ ਕਿੰਨਾ ਆਨਸਰ ਆ ਗਿਆ -5/12 ਤਾਂ ਇਹ ਹੈ ਦੋਸਤੋ ਆਪਣੇ ਕੋਲੇ ਅਲਜੈਬਰਿਕ ਆਇਡੈਂਟिटीज ਤੁਹਾਡੀਆਂ ਸਾਰੀਆਂ ਆਇਡੈਂਟिटीज ਇੱਥੇ ਕੰਪਲੀਟ ਹੋ ਗਈਆਂ ਮੈਂ ਹੁਣ ਇੱਕ ਥੋੜੀ ਜਿਹੀ ਰਿਵੀਜ਼ਨ ਮੈਂ ਰੀਕੈਪਚੂਲੇਸ਼ਨ ਕਰਵਾਣਾ ਆਪਾਂ ਕਿਤਾ ਕੀ ਹੈ ਤੇ ਕਿਵੇਂ ਕਿਵੇਂ ਵਰਤਨਾ ਹੈ ਉਹ ਬਹੁਤ ਜ਼ਰੂਰੀ ਹੈ ਆਪਣੇ ਕੋਲੇ ਆਪਾਂ ਉਹਨੂੰ ਕਿਵੇਂ ਕਿਵੇਂ ਵਰਤਨਾ ਹੈ ਯਾਦ ਕਿਹੜੀ ਕਿਹੜੀ ਕਰਨੀ ਹੈ ਪਲੱਸ ਵਾਲੀ a ਦੀ 2 2ab b ਦੀ 2 ਤੇ ਹੁਣ ਆਪਾਂ ਮਾਈਨਸ ਵਾਲੀ ਕਰਾਂਗੇ ਪਹਿਲਾਂ ਇਸ ਨੂੰ ਲਿਖੋ ਅਲੱਗੀ ਯਾਦ ਨਹੀਂ ਕਰਨੀ ਕਰਨੀਆ ਤਾਂ ਜ਼ਿਆਦਾ ਅੱਛੀ ਗੱਲ ਹੈ ਪਰ ਤਰੀਕਾ ਦਾਸਣਾ b ਮਾਈਨਸ ਆ ਗਿਆ ਇੱਕ ਵਾਰੀ ਹੈ ਮਾਈਨਸ ਦੋ ਵਾਰੀ ਹੈ ਪਲੱਸ ਸਿਰਫ ਮੈਂ ਔਸਤ ਸਟਾਰ ਲਾ ਰਹੇ ਹਾਂ ਤਾਂ ਹੀ ਆ ਆਪਾਂ ਕੀਤੀ ਹੈ a ਦੀ 2 b ਦੀ 2 c ਦੀ 2 2ab 2bc 2ca ਆਹੀ ਕੀਤੀ ਹੈ ਨਾ ਤਾਂ ਹੁਣ ਇੱਥੇ ਦੇਖੋ ਮਾਈਨਸ ਕਿਤੇ ਵੀ ਆ ਸਕਦਾ ਹੈ b ਤੇ ਵੀ ਆ ਸਕਦਾ ਹੈ c ਤੇ ਵੀ ਆਪਾਂ ਉਸ ਅਕੋਰਡਿੰਗ ਅਡਜਸਟ ਕਰ ਸਕਦੇ ਹਾਂ 3rd ਜੋ ਪਿਛਲੇ ਲੈਕਚਰਾਂ ਚ ਗੱਲ ਕੀਤੀ ਸੀ a ਦੇ 3 b ਦੇ 3 3ab a b ਇੱਕ ਤਾਂ ਕੀਤੀ ਹੈ ਜਾਂ 13 31 ਲਿਖ ਕੇ ਆਪਾਂ ਇਸ ਦੀ ਗੱਲ ਕੀਤੀ ਹੈ ਤੇ ਜੇ ਇਹਦੀ ਜਗ੍ਹਾ ਤੇ ਮਾਈਨਸ ਆ ਗਿਆ b ਦੇ 3 3ab ਮੈਂ ਦੇਖੋ ਕੋਈ ਨਿਸ਼ਾਨ ਨਹੀਂ ਪਾ ਰਿਹਾ ਹਾਲੇ ਕਿਉਂਕਿ ਆਪਾਂ ਜਿਹੜੇ ਨਿਸ਼ਾਨ ਪਾਨੇ ਨੇ ਉਹ ਫਿਰ ਆਪਾਂ b ਦੇ ਹਿਸਾਬ ਨਾਲ ਪਾ ਸਕਦੇ ਹਾਂ b ਮਾਈਨਸ ਦਾ ਹੈ ਉਰੇ ਵੀ ਤਿੰਨ ਵਾਰ ਮਾਈਨਸ ਉਰੇ ਇੱਕ ਵਾਰ ਮਾਈਨਸ ਉਰੇ ਇੱਕ ਵਾਰ ਮਾਈਨਸ ਉਰੇ ਵੀ ਇੱਕ ਵਾਰ ਮਾਈਨਸ ਉਰੇ ਦੋ ਵਾਰ ਪਲੱਸ ਉਰੇ ਤਿੰਨ ਵਾਰ ਮਾਈਨਸ ਇਹਨਾਂ ਬਾਰੇ ਆਪਾਂ ਗੱਲ ਕੀਤੀ ਸੀ ਹੁਣ a ਦੇ 3 b ਦੇ 3 a b a ਦੀ 2 b ਦੀ 2 ab ਇਹਨੂੰ ਵੀ ਤੁਸੀਂ ਐਵੇਂ ਹੀ ਦੇਖ ਸਕਦੇ ਹੋ ਦੇਖੋ b ਮਾਈਨਸ ਦਾ ਆ ਗਿਆ ਨਾ ਤਾਂ ਇਹਦਾ ਮਤਲਬ ਸਿਰਫ b ਤੇ ਫਰਕ ਪੈ ਰਿਹਾ ਹੈ ਵੇਖੋ ਧਿਆਨ ਨਾਲ b b ਦੇ ਘਾਤ 2 ਕੋਈ ਫਰਕ ਨਹੀਂ ਪੈਂਦਾ ਓਰੇ ਮਾਈਨਸ ਹੈ ਤਾਂ ਮਾਈਨਸ ਮਾਈਨਸ ਫਿਰ ਕੀ ਹੋ ਗਿਆ ਪਲੱਸ ਹੋ ਗਿਆ ਤਾਂ ਦੋਸਤੋ ਇਹ ਆ ਆਪਣੇ ਫਾਰਮੂਲੇ ਤੇ ਜੋ ਹੁਣ ਲਾਸਟ ਤੇ ਆਪਾਂ ਗੱਲ ਕੀਤੀ ਹੈ -3xyz x y z x ਦੇ ਦੋ y ਦੇ ਦੋ z ਦੇ ਦੋ -xy -yz zx ਤੇ ਇਹਦਾ ਇੱਕ ਸਪੈਸ਼ਲ ਕੇਸ ਕੀ ਕੀਤਾ ਆਪਾਂ ਜੇ x+y+z=0 ਤਾਂ x^3+y^3+z^3 ਕਿਹਦੇ ਬਰਾਬਰ ਹੈ ਤੇ xyz ਤਾਂ ਇਹ ਸੀ ਦੋਸਤੋ ਤੁਹਾਡਾ ਅਲਜਬ੍ਰਿਕ ਆਇਡੈਂਟिटीज ਦਾ ਫੁੱਲ ਫਲੈਜ ਟੌਪਿਕ ਥੈਂਕ ਯੂ